ਬੇਟਾ ਜੀ ਮੰਨ ਕੇ ਚੱਲੋ ਜੀ ਅਸੀਂ ਗੱਡੀ 'ਤੇ ਲੈਣ ਗਏ ਸੀ ਬਸ ਘਰੇ ਆਪਦਾ ਪਰਿਵਾਰ ਹੀ ਸੀਗਾ ਜੀ ਅਤੇ ਮਨ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਫੁੱਲਾਂ ਨਾਲ ਕਰਨਾ ਜੀ। ਪਹਿਲੀ ਵਾਰੀ ਆਇਆ? ਹਾਂਜੀ ਪਹਿਲੀ ਵਾਰੀ ਬੇਟਾ ਆਇਆ। ਕਿੰਨੇ ਚਿਰ ਬਾਅਦ ਆਇਆ? ਇਹ 7 ਮਹੀਨੇ ਬਾਅਦ ਜੀ, 15 ਦਿਨਾਂ ਛੁੱਟੀ ਆਈ। ਮਿਹਨਤ ਜੀ 5 ਸਾਲ ਜੀ ਰੱਜ ਕੇ ਕੀਤੀ ਆ ਮੁਕੀ, ਕੁਛ ਨਹੀਂ ਕਰਾਇਆ ਆਪਾਂ ਤਾਂ ਇਹਨਾਂ ਤੋਂ। ਮਨ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ, ਉੱਥੋਂ ਆ ਕੇ ਪੱਠੇ ਦੱਥੇ ਦਾ, ਪਸ਼ੂਆਂ ਦਾ ਦੋ ਪਸ਼ੂ ਹੈ, ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ। ਹਾਈ ਪਰਮਾਤਮਾ ਨੇ ਕਿਰਪਾ ਕੀਤੀ ਹੈ, 2 ਮੱਝਾਂ ਅਜੇ ਵੀ ਮਿਲੀ ਜਾਂਦੀਆਂ ਜੀ। ਦੋਨੇ ਬੇਟੇ ਆ, ਇੱਕ ਗੁੜੀਆ, ਗੁੜੀਆ ਚੰਡੀਗੜ੍ਹ ਜੀ। ਇਹ ਜੀ ਕੁਐਸ਼ ਤਾਂ ਹੈਗੀ ਹੈ ਜੀ, ਕਹਿੰਦਾ ਜੀ ਮੈਂ ਪੁਲਿਸ ਦੇ ਭਰੇ ਵੀ ਹੈ ਅਤੇ ਕਹਿੰਦਾ ਜੀ ਮੈਂ ਪੁਲਿਸ 'ਚ ਜਾਊਂਗਾ ਜੀ। ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ, ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ। ਕਿੰਨੀ ਕੁ ਗਰੀਬੀ ਦੇਖੀ ਆ? ਗਰੀਬੀ ਤਾਂ ਦੇਖ ਲਓ ਜੀ, ਬਚਪਨ ਤੋਂ ਲੈ ਕੇ ਤੁਸੀਂ ਜਾਣਦੇ ਸੀ ਬਾਪੂ ਨੂੰ ਵੀ, ਕਰਨੈਲ ਸਿੰਘ ਨੂੰ, ਬਥੇਰੀ ਮਿਹਨਤ ਕੀਤੀ ਹੈ ਜੀ। ਬਸ ਉਹ ਸਾਡੀ ਵੀ ਕੁਐਸ਼ ਰਹਿ ਗਈ, ਉਹ ਕਹਿੰਦਾ ਸੀਗਾ ਵੀ ਇਹ ਪੁੱਤਰ ਤਾਂ ਤੁਹਾਡਾ ਜਾਊਗਾ ਜਾਊਗਾ, ਤਾਂ ਉਹਨਾਂ ਨੂੰ ਤਰੰਗ ਦਾ ਦੌਰਾ ਪੈਣਾ ਕਰਕੇ ਉਹਨਾਂ ਦੀ ਡੈਥ ਹੋ ਗਈ ਸੀਗੀ। ਅਤੇ ਉਹਨਾਂ ਦੀ ਕੁਐਸ਼ ਸੀਗੀ ਵੀ ਬੇਟਾ ਤੁਹਾਡਾ ਹੋਊਗਾ ਪੱਕਾ ਜੀ, ਇਹਦੀ ਨਾ ਚਿੰਤਾ ਕਰੋ ਤੁਸੀਂ। ਜਿਵੇਂ ਤਾਂ ਬੱਚੇ ਪੜ੍ਹਾਓ ਲਿਖਾਓ, ਸਾਰਿਆਂ ਨੂੰ ਤਰੱਕੀ 'ਤੇ ਕਰੋ, ਜਿਸ ਤਰ੍ਹਾਂ ਅਸੀਂ ਬੱਚੇ ਪਾਲੇ ਆ ਉਸੇ ਤਰ੍ਹਾਂ ਸਾਰੇ ਪਾਲਣ ਬੱਚਿਆਂ ਨੂੰ। ਠੀਕ ਹੈ, ਬੱਚੇ ਪਾਲੇ ਆ, ਗੱਲ ਕਰੀਏ, ਝੋਨੇ ਵੀ ਲਾਏ ਆ, ਕਣਕਾਂ ਵੀ ਵੱਢੀਆਂ, ਸਾਰਾ ਕੁਝ ਕੀਤਾ, ਪਸ਼ੂ ਡੰਗਰ ਸੰਭਾਲੇ ਆ, ਖੋਰੀ ਖੋਦ ਕੇ ਸਾਰਾ ਕੁਝ ਬੱਚੇ ਇੱਥੋਂ ਤਾਈਂ ਪਹੁੰਚਾਏ ਆ। 7 ਮਹੀਨਿਆਂ ਦੀ ਟ੍ਰੇਨਿੰਗ ਕਰਕੇ ਜੀ ਫਿਰ ਆਇਆ ਘਰੇ। ਘਰਦਿਆਂ ਦੀ ਇੱਛਾ ਸੀਗੀ ਵੀ ਤੁਸੀਂ ਪਤਾ ਵਰਦੀ 'ਚ ਆਉਣਾ ਜੀ, ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੁ ਕਰਨ ਦੀ ਲੋੜ ਨਹੀਂ, ਵੀ ਮੈਂ ਦੂਜੋ ਹੀ ਆਊਂਗਾ, ਵੀ ਮੈਂ ਕਾਹਦੇ ਪਿੱਛੇ ਇੰਨਾ ਕੁ ਕਰਨਾ। ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਵਾਰ ਹੋਇਆ ਤੂੰ, ਹੈ ਨਾ ਵੀ ਪਹਿਲੀ ਛੁੱਟੀ ਆਉਣੀ ਆ ਅਤੇ ਤੂੰ ਵਰਦੀ 'ਚ ਆਈ। ਮੈਂ ਚੱਲ ਠੀਕ ਆ ਮਾਤਾ, ਮੈਂ ਵਰਦੀ 'ਚ ਆਊਂਗਾ। ਜਦ ਵਰਦੀ 'ਚ ਆਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ, ਨਾਲ ਆਂਢੀ ਗੁਆਂਢੀ ਵੀ ਸੀਗੇ, ਚਾਚੇ ਤਾਏ ਸਾਰੇ ਆਏ ਸੀ ਘਰੇ ਜੀ, ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ। ਅਸੀਂ ਬਹੁਤ ਗਰੀਬ ਹਾਲਾਤ ਵੇਖਿਆ ਜੀ, ਅਸੀਂ ਦਿਹਾੜੀਆਂ ਕਰ ਕਰ ਭਰਤੀਆਂ ਵਹਿੰਦੇ ਰਹੇ ਹਾਂ ਜੀ। 2 ਵਾਰ ਮੈਂ ਲੈ ਗਿਆ ਸੀਗਾ ਜੀ, ਫਿਰ ਲਾਸਟ ਭਰਤੀ ਹੋਇਆ ਸੀਗਾ ਜੀ, ਅਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ, ਆਂਢ ਗੁਆਂਢ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ, ਵੀ ਚੱਲ ਵਧੀਆ ਸਾਡੇ 'ਚੋਂ ਕੋਈ ਹੋਇਆ ਜੀ। ਕਿਹੜੀ ਰੈਜੀਮੈਂਟ 'ਚੋਂ ਹੁਣ ਅਤੇ ਕਿੱਥੇ ਟ੍ਰੇਨਿੰਗ ਲੈ ਕੇ? ਮੈਂ ਜੀ ਸਿਖਲਾਈ ਰੈਜੀਮੈਂਟ ਜੀ, ਫਤਿਹਗੜ੍ਹ ਸੈਂਟਰ ਆ ਜੀ, UP ਜੀ, ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ, ਹੁਣ ਮੇਰੀ ਸ਼੍ਰੀਨਗਰ ਆਈ।